ਚੰਡੀਗੜ੍ਹ ਦੇ ਕਲਾ ਭਵਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਦੀ ਜੰਗੇ ਆਜ਼ਾਦੀ ਵਿੱਚ ਸਿੱਖਾਂ ਦੇ ਯੋਗਦਾਨ ਸੰਬੰਧੀ ਰਾਸ਼ਟਰੀ ਸੈਮੀਨਾਰ ਕਰਾਇਆ ਗਿਆ, ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਪਹੁੰਚੇ। ਸੈਮੀਨਾਰ ਦੀ ਪ੍ਰਧਾਨਗੀ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤੀ। ਸੈਮੀਨਾਰ ਦੌਰਾਨ ਅੰਡੇਮਾਨ ਨਿਕੋਬਾਰ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਲੈ ਕੇ ਵਿਚਾਰ ਚਰਚਾ ਹੋਈ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਧਰ ਚੰਦੂਮਾਜਰਾ ਨੇ ਕਿਹਾ ਕਿ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਨਾ ਕਰਨਾ ਇੱਕ ਵੱਡਾ ਅਨਿਆਏ ਹੈ। ਔਰ ਅਸੀਂ ਉਹ ਸਰਕਾਰ ਨੂੰ ਵੀ ਜਿਹੜਾ ਉਹ ਪੱਤਰ ਲਿਖ ਰਹੇ ਹਾਂ, ਅੱਜ ਹੀ ਕਾਰਵਾਈ ਕਰ ਦਾਂਗੇ ਸੈਲੈਕਟ ਤੋਂ ਬਾਅਦ। ਇਹੀ ਤਾਂ ਸਾਡਾ ਬੜਾ ਵੱਡਾ ਯੋਗਦਾਨ ਹੈ ਇਸ ਦੇਸ਼ ਦੀ ਤਰੱਕੀ ਦੇ ਵਿੱਚ, ਇਸ ਦੇਸ਼ ਦੀ ਖੁਸ਼ਹਾਲੀ ਵਿੱਚ, ਇਸ ਦੇਸ਼ ਦਾ ਇਤਿਹਾਸ ਬਚਾਉਣ ਵਾਸਤੇ, ਇਸ ਦੇਸ਼ ਦੀ ਜਿਹੜੀ ਵਿਰਸਾ ਬਚਾਉਣ ਵਾਸਤੇ, ਇਸ ਦੇਸ਼ ਦਾ ਧਰਮ, ਇਸ ਦੇਸ਼ ਦੀ ਸੱਭਿਆਚਾਰ ਬਚਾਉਣ ਵਾਸਤੇ ਸਾਡਾ ਬਹੁਤ ਵੱਡਾ ਯੋਗਦਾਨ ਹੈ ਖਾਲਸਾ ਪੰਥ ਦਾ। ਲੇਕਿਨ ਸਾਡਾ ਜਿਹੜਾ ਉਹ ਸਾਡੀ ਸਾਨੂੰ ਜਿਹੜਾ ਉਹ ਜਿਹੜਾ ਜੋ ਬਣਦਾ ਹੱਕ ਹੈ ਉਹ ਨਹੀਂ ਮਿਲ ਰਿਹਾ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗੇ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਖਾਸ ਤੌਰ 'ਤੇ ਸਿੱਖਾਂ ਦਾ ਜੋ ਰੋਲ ਆ ਉਹਦੇ ਸੰਬੰਧ ਦੇ ਵਿੱਚ, ਖਾਸ ਤੌਰ 'ਤੇ ਅੰਡੇਮਾਨ ਨਿਕੋਬਾਰ ਜੇਲ੍ਹ ਵਿੱਚ ਕਾਲੇ ਪਾਣੀ ਦੇ ਤਸੀਹੇ ਝੱਲਣ ਵਾਲੇ ਆਜ਼ਾਦੀ ਸੰਗਰਾਮ ਦੇ ਯੋਧਿਆਂ ਦੀ ਦਾਸਤਾਂ ਸੁਣਾਉਣ ਲਈ ਇਹ ਸੈਮੀਨਾਰ ਕਰਵਾਇਆ ਸੀ। ਔਰ ਭਾਰਤ ਦੀ ਲੋਕ ਸਭਾ ਵਿੱਚ ਦੇਸ਼ ਦੇ ਜਿਹੜੇ ਪਾਰਲੀਮੈਂਟ ਅਫੇਅਰ ਮੰਤਰੀ ਨੇ ਸ਼੍ਰੀ ਅਨੰਤ ਕੁਮਾਰ ਜੀ, ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਕਿਤੇ ਕੁਤਾਹੀ ਰਹੀ ਆ, ਕਿਤੇ ਗਲਤੀ ਹੋਈ ਆ, ਉਹਦੀ ਦਰੁਸਤੀ ਕੀਤੀ ਜਾਏਗੀ। ਪੰਜਾਬੀਆਂ ਦੇ ਸਿੱਖਾਂ ਅਤੇ ਸਿੱਖਾਂ ਦੇ ਆਜ਼ਾਦੀ ਦੇ ਸੰਗਰਾਮ ਵਿੱਚ ਯੋਗਦਾਨ ਨੂੰ ਨਕਾਰਿਆ ਨਹੀਂ ਜਾਏਗਾ, ਉਹ ਗਲਤੀ ਅਸੀਂ ਦਰੁਸਤ ਕਰਾਂਗੇ।